ਬੇਰੁਜ਼ਗਾਰੀ, ਪ੍ਰਵਾਸ ਅਤੇ ਨਸ਼ੇ ਵਰਗੀ ਬੁਰਾਈ ਨੌਜਵਾਨਾਂ ਨੂੰ ਘੁਣ ਵਾਂਗ ਖਾ ਰਹੀ ਹੈ, ਜਿਸ ਦਾ ਕਾਰਨ ਕਾਰਪੋਰੇਟਾਂ ਦੀਆਂ ਨੀਤੀਆਂ ਅਤੇ ਸਰਕਾਰ ਦੀ ਨੀਅਤ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਸਮਾਜਿਕ ਅਤੇ ਰਾਜਨੀਤਿਕ ਮਸਲਿਆਂ ਦੇ ਵਿਸ਼ਲੇਸ਼ਕ ਹਮੀਰ ਸਿੰਘ ਨੇ ਸਥਾਨਕ ਸ਼ਹਿਰ ਟਾਂਡਾ ਵਿਖੇ ਲੋਕ ਇਨਕਲਾਬ ਮੰਚ ਪੰਜਾਬ ਵੱਲੋਂ ਬੇਰੁਜ਼ਗਾਰੀ ਅਤੇ ਨੌਜਵਾਨਾਂ ਦੀਆਂ ਸਮੱਸਿਆਵਾਂ ਵਿਸ਼ੇ 'ਤੇ ਕਰਵਾਏ ਗਏ ਸੈਮੀਨਾਰ ਨੂੰ ਆਪਣੇ ਸੰਬੋਧਨ ਵਿੱਚ ਕੀਤਾ। ਉਹਨਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਪੰਜਾਬੀ ਦੇ ਸੰਘਰਸ਼ੀ ਮਾਦੇ ਨੂੰ ਖਤਮ ਕਰਨ ਵਿੱਚ ਲੱਗੀਆਂ ਹੋਈਆਂ ਹਨ। ਪੰਜਾਬ ਅਤੇ ਭਾਰਤ ਦੇ ਵਿੱਚ ਵਾਧਾ ਨਸ਼ੇ ਦਾ ਰੁਝਾਨ ਬਹੁਤ ਚਿੰਤਾ ਦਾ ਵਿਸ਼ਾ ਹੈ। ਉਹਨਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਪਰੋਕਤ ਸਮੱਸਿਆਵਾਂ ਦੀ ਜੜ੍ਹ ਮੌਜੂਦਾ ਸਿਸਟਮ ਹੈ, ਜਿਸ ਦਾ ਹੱਲ ਸਾਂਝਾ ਸੰਘਰਸ਼ ਅਤੇ ਮੌਜੂਦਾ ਰਾਜਨੀਤਿਕ ਪ੍ਰਬੰਧ ਦਾ ਬਦਲ ਹੈ। ਉਹਨਾਂ ਤੋਂ ਇਲਾਵਾ ਇਸ ਸੈਮੀਨਾਰ ਨੂੰ ਪ੍ਰਿੰਸੀਪਲ ਇੰਦਰਜੀਤ ਸਿੰਘ, ਕਾਮਰੇਡ ਰਜਿੰਦਰ ਸਿੰਘ ਅਤੇ ਕਿਸਾਨ ਆਗੂ ਜੰਗਵੀਰ ਸਿੰਘ ਚੌਹਾਨ, ਰਜਿੰਦਰ ਮਾਰਸ਼ਲ ਆਦਿ ਨੇ ਸੰਬੋਧਨ ਕੀਤਾ। ਇਸ ਤੋਂ ਇਲਾਵਾ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ, ਲੋਕ ਇਨਕਲਾਬ ਮੰਚ ਵੱਲੋਂ ਕਰਵਾਇਆ ਗਿਆ ਇਹ ਪ੍ਰੋਗਰਾਮ। ਉਹਨਾਂ ਤੋਂ ਇਲਾਵਾ ਦੁਬਾਬਾ ਕਿਸਾਨ ਕਮੇਟੀ ਪੰਜਾਬ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਤਰਕਸ਼ੀਲ ਸੁਸਾਇਟੀ ਪੰਜਾਬ, ਸਰਬੱਤ ਦਾ ਭਲਾ ਸੇਵਾ ਸੁਸਾਇਟੀ, ਮੁਲਾਜ਼ਮ ਅਤੇ ਅਧਿਆਪਕ ਜਥੇਬੰਦੀਆਂ ਵੱਲੋਂ ਸਰਦਾਰ ਹਮੀਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਅਤੇ ਅੰਤ ਵਿੱਚ ਹਰਦੀਪ ਖੁੱਡਾ ਜੀ ਵੱਲੋਂ ਆਏ ਹੋਏ ਸੱਜਣਾਂ ਅਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ ਅਤੇ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਵੱਖ ਵੱਖ ਜਗ੍ਹਾ ਤੋਂ ਆਏ ਹੋਏ ਲੋਕਾਂ ਵੱਲੋਂ ਇਸ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਗਈ ਅਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਸਮੇਂ ਸਮੇਂ 'ਤੇ ਹੁੰਦੇ ਰਹਿਣ ਦੇ ਨਾਲ ਸਮਾਜ ਦੇ ਵਿੱਚ ਜਾਗਰੂਕਤਾ ਆਉਂਦੀ ਹੈ, ਜਿਸ ਨੂੰ ਲੈ ਕੇ ਵੱਖ ਵੱਖ ਬੁਲਾਰਿਆਂ ਵੱਲੋਂ ਨੌਜਵਾਨਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਅੱਜ ਦੇ ਚਲੰਤ ਮਸਲੇ ਬੇਰੁਜ਼ਗਾਰੀ ਅਤੇ ਨਸ਼ਿਆਂ ਤੋਂ ਕਿਵੇਂ ਇਹਨਾਂ ਦਲਦਲ ਤੋਂ ਨਿਕਲਿਆ ਜਾ ਸਕਦਾ ਹੈ, ਇਸ ਵਿਸ਼ੇ ਦੇ ਉੱਤੇ ਵੀ ਬੁਲਾਰਿਆਂ ਵੱਲੋਂ ਚਾਨਣਾ ਪਾਇਆ ਗਿਆ। ਅਤੇ ਅੱਜ ਦਾ ਸਮਾਗਮ ਇਹ ਲੋਕ ਇਨਕਲਾਬ ਮੰਚ ਵੱਲੋਂ ਸੀਗਾ, ਜਿਹਦੇ ਉੱਤੇ ਬੇਰੁਜ਼ਗਾਰੀ ਸਭ ਤੋਂ ਸੀਰੀਅਸ ਮੁੱਦਾ ਨੌਜਵਾਨ ਪੀੜ੍ਹੀ ਲਈ, ਔਰ ਜੇਕਰ ਜ਼ਿੰਦਗੀ ਜਿਉਣ ਦੇ ਲਈ ਕੋਈ ਸਵੈਮਾਨ 'ਤੇ ਆਧਾਰਿਤ ਰੁਜ਼ਗਾਰ ਨਹੀਂ ਹੋਏਗਾ ਤਾਂ ਨੌਜਵਾਨ ਪੀੜ੍ਹੀ ਨੂੰ ਇਕੱਲਾ ਕਹਿਣ ਨਾਲ ਕੁਝ ਨਹੀਂ ਹੁੰਦਾ, ਉਹਨਾਂ ਦੇ ਸੁਪਨੇ ਨੇ, ਔਰ ਨਹੀਂ ਤਾਂ ਫਿਰ ਅੱਜ ਕੱਲ੍ਹ ਬਹੁਤ ਸੀਰੀਅਸ ਕ੍ਰਾਈਸਿਸ 'ਚ ਹੈ ਨੌਜਵਾਨ। ਪੰਜਾਬ 'ਚੋਂ ਫੋਰਸਡ ਮਾਈਗ੍ਰੇਸ਼ਨ ਹੋ ਰਹੀ ਹੈ, ਲੋਕ ਲੱਖਾਂ ਰੁਪਇਆ ਲਾ ਕੇ ਵਿਦੇਸ਼ਾਂ ਨਾਲ ਭੱਜ ਰਹੇ ਨੇ, ਦੂਸਰਾ ਡਰੱਗ ਦੇ ਵਿੱਚ ਜਾ ਰਹੇ ਨੇ, ਨਸ਼ੇ ਦੇ ਵਿੱਚ ਬੇਹੱਦ ਨੌਜਵਾਨ ਜਾ ਰਹੇ ਨੇ, ਇਹ ਵੀ ਕਿਹੜੇ ਦਾ ਸਵਾਲ ਹੈ। ਅਤੇ ਤੀਸਰਾ ਇਹ ਹੈ ਕਿ ਨੌਜਵਾਨ ਦਾ ਜਿਹੜਾ ਸਾਡੇ ਐਜੂਕੇਸ਼ਨ ਦਾ ਸਿਸਟਮ ਬਣਿਆ ਹੋਇਆ, ਪੰਜਾਬ ਦੇ ਸਰਕਾਰੀ ਕਾਲਜਾਂ 'ਚ 15% ਵੀ ਰੈਗੂਲਰ ਸਟਾਫ ਨਹੀਂ, ਜਿਹੜੀ ਪੜ੍ਹਾਈ ਲਿਖਾਈ ਦਾ ਲੈਵਲ ਵੀ ਸਾਡੇ ਨੀਚੇ ਜਾ ਰਿਹਾ ਲਗਾਤਾਰ, ਉਹ ਕਹਿੰਦੇ ਨੇ ਇੰਪਲਾਇਬਿਲਿਟੀ ਨਹੀਂ ਹੈਗੀ, ਡਿਗਰੀ ਤਾਂ ਕੀਤੀ ਹੋਈ ਹੈ ਪਰ ਇਹਨੂੰ ਆਉਂਦਾ ਨਹੀਂ, ਹੁਣ ਉਹ ਨੌਜਵਾਨ ਤੱਕ ਵਿੱਚ ਦੋਸ਼ੀ ਨਹੀਂ ਹੈ। ਕੁਝ ਲੋਕ ਕਹਿੰਦੇ ਨੇ ਸਾਡੇ ਨੌਜਵਾਨ ਕੰਮ ਛੱਡ ਗਏ, ਉਹ ਇੱਥੇ ਕੰਮ ਛੱਡ ਕੇ ਉੱਥੇ 18-18 ਘੰਟੇ ਕੰਮ ਕਿਵੇਂ ਕਰਦੇ ਨੇ? ਕਾਰਨ ਇਹ ਹੈ ਵੀ ਇੱਥੇ ਜੋ ਕੰਮ ਕਰਦਾ ਉਹ ਤਾਂ ਮੁੱਲ ਨਹੀਂ ਦਿੰਦਾ, ਉਹਦਾ ਰੁਝਾਨਾ ਨਹੀਂ, ਕੰਮ ਤਾਂ ਬੰਦਾ ਕਿਸੇ ਪ੍ਰੇਰਨਾ ਨਾਲ ਹੀ ਕਰਦਾ, ਇਹ ਇੱਕ ਗੱਲ ਬਹੁਤ ਵੱਡੀ ਹੈ। ਅਤੇ ਦੂਜੀ ਗੱਲ ਇਹ ਹੈ ਕਿ ਨੌਜਵਾਨਾਂ ਨੂੰ ਚੇਤਨ ਹੋਣਾ ਪਊਗਾ, ਸਿਆਸੀ ਤੌਰ 'ਤੇ ਵੀ, ਓਵਰਆਲ ਪੋਲਿਸੀਆਂ ਗੌਰਮੈਂਟ ਦੀਆਂ ਉਹ 'ਤੇ ਵੀ, ਔਰ ਇਕੱਠੇ ਹੋ ਕੇ ਆਪਣੇ ਰੁਜ਼ਗਾਰ ਦੇ ਲਈ ਲੜਨਾ ਵੀ, ਇੰਪਲਾਇਮੈਂਟ ਕ੍ਰੀਏਟ ਕਰਨ ਦੇ ਲਈ। ਪੰਜਾਬ ਦੀ ਹਿਸਟਰੀ ਹੈ, ਬੇਰੁਜ਼ਗਾਰ ਨੌਜਵਾਨਾਂ ਦੀ ਯੂਨੀਅਨ ਬਹੁਤ ਮਜ਼ਬੂਤ ਰਹੀ ਹੈ, 80 ਮਹੀਨਿਆਂ ਦੇ ਵਿੱਚ ਪੰਜਾਬ ਦੇ ਵਿੱਚ ਬੜੀ ਵੱਡੀ ਮੂਵਮੈਂਟ ਯੂਨੀਅਨ ਰਹੀ ਹੈ, ਅਤੇ ਜੇ ਨੌਜਵਾਨ ਮਿਲ ਕੇ ਆਵਾਜ਼ ਉਠਾਉਣਗੇ, ਕੰਮ ਕਰਨਗੇ, ਤਾਂ ਹੀ ਪੋਲਿਸੀ ਉਹੋ ਜਿਹੀ ਬਣ ਲੱਗੂਗੀ, ਕਿਉਂਕਿ ਜੇਕਰ ਉਹ ਮਿਲ ਕੇ ਨਹੀਂ ਆਵਾਜ਼ ਉਠਾਉਂਦੇ ਫਿਰ ਤਾਂ ਕੋਈ ਨਹੀਂ ਪੁੱਛਦਾ, ਫਿਰ ਆਪੋ ਆਪਣਾ ਗੱਲਾਂ ਕਰਨਾ, ਆਪੋ ਆਪਣੇ ਢੰਗ ਨਾਲ ਤੁਰਿਆ ਫਿਰਦਾ, ਅਤੇ ਉਹ ਆਪੋ ਆਪਣਾ ਸਿਰ ਉਤਲਾ ਚਾਹੁੰਦਾ।
ਆਪਣਾ ਸਿਰ ਆਪ ਨਹੀਂ ਗੁੰਦਿਆ ਜਾਂਦਾ ਹੁੰਦਾ ਕਿਤੇ ਕੋਈ ਚਾਹੀਦਾ ਤਾਂ ਮੈਥ ਲਈ ਪੋਲਸੀ ਮੇਕਿੰਗ ਦਾ ਬੇਸਿਕਲੀ ਕੁਐਸਚਨ ਹੈ। ਨਹੀਂ ਹੁਣ ਦੌਰ ਇੱਥੇ ਆ ਗਿਆ ਕਿ ਪੰਜਾਬ ਦੇ ਵਿੱਚ ਰੁਜ਼ਗਾਰ ਦੇ ਵਾਸਤੇ ਵੀ ਨਵੇਂ ਕਦਮ ਲੈਣੇ ਪੈਣ, ਡਿਵੈਲਪਮੈਂਟ ਲੈ ਜਿਵੇਂ ਵਾਟਰ ਖੋਲਣ ਦੇ ਸਵਾਲ ਦਾ। ਦੁਨੀਆ ਇੱਕ ਪਿੰਡ ਬਣ ਗਈ, ਅਸੀਂ ਇੱਥੋਂ ਚੜ੍ਹਦੇ ਹਾਂ 15 ਘੰਟੇ 18 ਘੰਟੇ ਜਹਾਜ਼ 'ਚ ਤਾਂ ਬੈਠੇ ਰਹਿੰਦੇ ਅਮਰੀਕਾ ਜਾਣ ਲਈ, ਇੱਥੇ ਜਿੱਥੇ 15 ਮਿੰਟ ਨਹੀਂ ਲੱਗਦੇ ਲਾਹੌਰ ਜਾਣ ਲਈ ਅਤੇ ਆਲੇ ਦੁਆਲੇ, ਅਤੇ ਇੱਧਰ ਤੁਸੀਂ ਜੇ ਸਾਰਾ ਯੂਰਪ ਇਕੱਠਾ ਹੋ ਸਕਦਾ ਇੱਕ ਇਕਨੋਮਿਕ ਭਾਈਚਾਰਾ ਬਣ ਸਕਦਾ, ਕਾਮਨ ਪਾਰਲੀਮੈਂਟ ਬਣ ਸਕਦੀ ਹੈ, ਸਾਂਝੇ ਆਪਣਾ ਸਾਰਾ ਯੂਰੋ ਡਾਲਰ ਬਣਾ ਸਕਦੇ ਨੇ, ਤਾਂ ਇਹ ਸਾਊਥ ਏਸ਼ੀਆ ਦੇ ਵਿੱਚ ਕੀ ਪ੍ਰੋਬਲਮ ਹੈ? ਜਿਹੜੀ ਚੱਜਦੀ ਚੀਜ਼ ਤਾਂ ਕਿਸੇ ਨੂੰ ਕਿਸੇ ਤੋਂ ਸਿੱਖਣੀ ਚਾਹੀਦੀ ਹੈ। ਅਸੀਂ ਜਿੰਨਾ ਗੁਆਂਢੀ ਦੇ ਨਾਲ ਉਹ ਕਰ ਸਕਦੇ ਹਾਂ, ਮਿਲ ਕੇ ਕੰਮ ਕਰ ਸਕਦੇ ਹਾਂ, ਉਹਦੇ 'ਚ ਕੋਸਟ ਘੱਟ ਆਉਂਦੀ ਹੈ ਅਤੇ ਰੁਜ਼ਗਾਰ ਅਤੇ ਤਰੱਕੀ ਦੇ ਮੌਕੇ ਜ਼ਿਆਦਾ ਹੁੰਦੇ ਨੇ। ਇੱਧਰ ਸੋਚਣ ਦੀ ਲੋੜ ਹੈ, ਪਰ ਸੋਚਿਆ ਉੱਨਾ ਚਿਰ ਨਹੀਂ ਜਾਣਾ ਜਿੰਨਾ ਚਿਰ ਸਾਡਾ ਪੋਲੀਟੀਸ਼ਨ ਨਹੀਂ ਸੋਚਦਾ। ਸਾਡਾ ਪੋਲੀਟੀਸ਼ਨ ਤਾਂ ਕਹਿ ਰਿਹਾ ਇੱਥੇ ਡਰੋਨ ਆ ਰਿਹਾ ਜੀ, ਬਾਰਡਰ 'ਤੇ ਤਾਰ ਲਾਓ, ਬਾਰਡਰ ਬੰਦ ਕਰੋ, ਇਲੀਗਲ ਮਾਈਨਿੰਗ ਸਾਰੇ ਕਿਤੇ ਹੋਈ ਜਾ ਰਹੀ ਹੈ ਸਾਰੇ ਬਾਰਡਰ 'ਤੇ। BSF ਦਾ ਐਫੀਡੈਵਿਟ ਹੈ ਹਾਈਕੋਰਟ ਦੇ ਵਿੱਚ, ਈਵਨ ਫੌਜ ਦਾ ਐਫੀਡੈਵਿਟ ਹੈ ਅਤੇ ਸਾਰਿਆਂ ਨੇ ਦਿੱਤੇ ਹੋਏ ਨੇ ਕਿ ਰਾਤ ਨੂੰ ਹੋ ਰਹੀ ਹੈ ਜੀ ਉਹ ਤਾਂ। ਇਸ ਲਈ ਸਾਡੀ ਸਮੱਸਿਆ ਇਹ ਹੈ ਕਿ ਇਹ ਖਿੱਤਾ ਦੁਨੀਆ ਦਾ ਬਿਹਤਰੀਨ ਖਿੱਤਾ ਹੈ, ਕਿਤੇ ਦੁਨੀਆ ਦੇ ਵਿੱਚ ਇਸ ਲੈਵਲ ਦੀਆਂ ਰੁੱਤਾਂ ਨਹੀਂ, ਇਸ ਲੈਵਲ ਦਾ ਕਲਾਈਮੇਟ ਨਹੀਂ। ਫਿਊਚਰ ਜਨਰੇਸ਼ਨ ਦੇ ਲਈ ਵੀ ਜਿਹੜਾ ਹਿਮਾਲਿਆ ਰੀਜਨ ਹੈ, ਇਹ ਸਭ ਤੋਂ ਜ਼ਿਆਦਾ ਜਿੰਦਾ ਦਿਲੀ ਦਾ ਰੀਜਨ ਹੋਏਗਾ ਦੁਨੀਆ ਨੂੰ ਜਿਉਣ ਦੇ ਲਈ ਜਿਹੜਾ ਕਰ। ਪਰ ਸਾਡੀ ਕਿਤੇ ਨਾ ਕਿਤੇ ਪ੍ਰੋਬਲਮ ਇਹ ਆਉਂਦੀ ਹੈ ਕਿ ਸਾਡੀ ਜਿਹੜੀ ਪੋਲਿਸੀ ਮੇਕਿੰਗ ਸਿਆਸਤ ਬਿਊਰੋਕਰੇਸੀ ਜਿਹੜਾ ਰੋਲ ਉਹਨੇ ਨਿਭਾਉਣਾ ਸੀ ਕਿਸੇ ਨਾ ਕਿਸੇ ਰੂਪ 'ਚ, ਪੰਜਾਬ ਦਾ ਸਭ ਤੋਂ ਵੱਡਾ ਜਿਹੜਾ ਪ੍ਰੋਬਲਮ ਆਈ ਹੈ ਉਹ ਗਵਰਨਰ ਰੋਡ 'ਚ ਆਈ ਹੈ। ਮਿਲੀਟੈਂਸੀ ਤੋਂ ਬਾਅਦ 10 ਸਾਲ ਕੰਟੀਨਿਊ ਗਵਰਨਰ ਰੋਡ ਰਿਹਾ। ਸਾਡਾ ਡਿਵੈਲਪਮੈਂਟ ਦਾ ਮਾਡਲ ਜਿਹੜਾ ਹੈ ਉਹ ਵੱਧ ਖਰਚਣ ਅਤੇ ਘੱਟ ਇਕੱਠਾ ਕਰਨ ਦੇ ਵਿੱਚ ਹੋ ਗਿਆ। ਸਿਕਿਉਰਿਟੀ ਰੀਜਨ ਦੇਖ ਲਓ, ਪੁਲਿਸ ਬਣਾਈ ਸੀ ਅਸੀਂ ਮਿਲੀਟੈਂਸੀ ਵੇਲੇ ਬਣਾਈ ਸੀ ਕਿ ਪੁਲਿਸ ਜ਼ਿਲ੍ਹੇ ਅਲੱਗ ਬਣਾ ਦਿਉ, ਖੰਨਾ ਬਣਾ ਦਿਉ, ਬਟਾਲਾ ਬਣਾ ਦਿਉ, ਮਜੀਠਾ ਬਣਾ ਦਿਉ, ਜਗਰਾਓਂ ਬਣਾ ਦਿਉ, ਮਿਲੀਟੈਂਸੀ ਤਾਂ ਗੱਲ ਤੁਸੀਂ ਕਹਿ ਰਹੇ ਹੋ ਖਤਮ ਹੋ, ਫਿਰ ਉਹ ਪੁਲਿਸ ਜ਼ਿਲ੍ਹੇ ਕਿਉਂ ਨਹੀਂ ਬਣ? ਅਸੀਂ ਬੰਬੇ ਵਰਗੇ ਅਤੇ ਦਿੱਲੀ ਦੀ ਤਰ੍ਹਾਂ ਸਾਡੇ ਕਿਹੜਾ ਮੈਟਰੋ ਸਿਟੀ ਹੈ? ਅਸੀਂ ਪੁਲਿਸ ਕਮਿਸ਼ਨਰ ਸਿਸਟਮ ਬਣਾ ਦਿੱਤਾ। ਇੱਕ ਜ਼ਮਾਨੇ ਤੱਕ ਸਾਡਾ ਪ੍ਰਸ਼ਾਸਨਿਕ ਢਾਂਚਾ ਜਿਹੜਾ ਅਲੱਗ ਤਰ੍ਹਾਂ ਦਾ ਸੀ, ਘੱਟੋ ਘੱਟ DC ਜਦੋਂ SSP ਦੀ ACR ਲਿਖਦਾ ਸੀ ਉਦੋਂ ਹੋਰ ਜ਼ਮਾਨਾ ਸੀ। ਅੱਜ ਕੱਲ੍ਹ ਤਾਂ ਕੋਈ ਸੁਣਦਾ ਨਹੀਂ, ਅੱਜ ਕੱਲ੍ਹ ਪੁਲਿਸ ਰਾਜ ਮਾਰ ਰਿਹਾ ਜਿਹੜਾ ਐਕਟ ਉਸ ਲੈਵਲ 'ਤੇ ਬਣ ਰਿਹਾ। ਸਾਡੀ ਪੁਲਿਸ ਦੀ ਨਫਰੀ ਮਿਲੀਟੈਂਸੀ 'ਚ 50,000 ਸੀ, ਅੱਜ ਕੱਲ੍ਹ 80,000 ਹੈ। ਅਸੀਂ ਨਿਰਾਰਥਿਕ ਪਾਸੇ ਚੱਲ ਰਹੇ ਹਾਂ, ਜੋਬ ਉਸ ਪਾਸੇ ਵੱਲ ਨਹੀਂ ਦੇ ਰਹੇ ਜਿਹੜਾ ਕ੍ਰੀਏਟਿਵ ਹੋਵੇ, ਜਿਹੜੇ ਪਾਸੇ ਵੱਲ ਹੋਰ ਜ਼ਿਆਦਾ ਜੋਬ ਕ੍ਰੀਏਸ਼ਨ ਦਾ ਸਿਸਟਮ ਹੋਵੇ। ਇਹਨੂੰ ਆਉਣ ਦੀ ਹੋਰ ਸੋਚਣਾ ਪਏਗਾ ਬੈਠ ਕੇ। ਹਾਂ, ਪੰਜਾਬ ਦੇ ਲੋਕ ਜਿਵੇਂ ਜਿਵੇਂ ਆਵਾਜ਼ ਬੁਲੰਦ ਕਰਨਗੇ ਸ਼ਾਇਦ ਹੁਕਮਰਾਨ ਵੀ ਸੋਚਣਾ ਸ਼ੁਰੂ ਕਰ ਦੇਣ। ਰੂਟ ਨਾਲ ਕੀ ਹੁੰਦਾ, ਇਹ ਤਾਂ ਸਦੀਆਂ ਤੋਂ ਰੂਟ ਇੱਧਰ ਨੂੰ ਹੀ, ਰੂਟ ਨਾਲ ਪੰਜਾਬੀ ਨਸ਼ੇੜੀ ਥੋੜ੍ਹੀ ਹੋ ਗਏ ਸੀ, ਲਗਾਤਾਰ ਜਾਂਦਾ ਸੀ। ਆਪਣੇ ਸਾਰੇ ਪਿੰਡਾਂ 'ਚ ਠੇਕੇ ਨੇ, ਸਾਰਾ ਪਿੰਡ ਸ਼ਰਾਬੀ ਥੋੜ੍ਹੀ ਹੋ ਜਾਂਦਾ, ਫਿਰ ਠੇਕੇ ਤਾਂ ਉੱਥੇ ਹੀ ਨੇ। ਇਹਦੇ ਲਈ ਸਪੈਸ਼ਲ ਐਟਮੋਸਫੀਅਰ ਕ੍ਰੀਏਟ, ਸਰਕਮਸਟਾਂਸ। ਅੱਜ ਸਾਡੇ ਡਰੱਗ J&K ਸਾਡੇ ਤੋਂ ਦੂਜੇ ਨੰਬਰ ਦੇ ਵਿੱਚ ਡਰੱਗ ਚਲੀ ਗਈ ਹੈ, ਇਹ ਤੋਂ ਬਾਅਦ ਹਰਿਆਣਾ ਤੀਜਾ, ਇਹ ਤੋਂ ਬਾਅਦ ਉੱਥੇ ਚਲੀ ਗਈ ਹੈ। ਇਹ ਨੋਰਮਲ ਟ੍ਰੈਂਡ ਨਹੀਂ ਹੈ ਕਿ ਨਸ਼ੇ 'ਤੇ ਆਪ ਹੀ ਲੱਗ ਗਏ। ਨਸ਼ੇ 'ਤੇ ਸਭ ਤੋਂ ਪਹਿਲਾਂ ਤੁਸੀਂ ਬੰਦੇ ਨੂੰ ਨਿਰਾਸ਼ ਕਰਨਾ ਹੁੰਦਾ, ਉਹ ਡਿਪਰੈਸ਼ਨ 'ਚ ਜਾਂਦਾ, ਉਸ ਤੋਂ ਬਾਅਦ ਫਿਰ ਉਹ ਕਿਤੇ ਨਾ ਕਿਤੇ ਸਹਾਰਾ ਭਾਲਦਾ ਅਤੇ ਫਿਰ ਜਾ ਕੇ ਕੋਈ ਨਾ ਕੋਈ ਅੱਗੇ ਬਿਜ਼ਨਸ 'ਚ ਕਨਵਰਟ ਹੁੰਦਾ, ਕਮਰਸ। ਡਰੱਗ ਦੀ ਟ੍ਰੇਡ ਇਕੱਲੀ ਇੱਥੇ ਨਹੀਂ, ਇੱਥੋਂ ਬੱਚੇ ਅਸੀਂ ਭੇਜ ਰਹੇ ਹਾਂ ਕੈਨੇਡਾ, ਅਮਰੀਕਾ, ਸਾਰੇ ਜਗ੍ਹਾ ਉੱਥੇ, ਇੱਥੋਂ ਵੀ ਇੱਦੋਂ ਵੀ ਸੀਰੀਅਸ ਪ੍ਰੋਬਲਮ ਇਹ ਪਤਾ ਉਸ ਤੋਂ ਬਾਅਦ ਲੱਗਦਾ ਜੋ ਜੋ ਬੱਚਾ ਉੱਥੇ ਜਾ ਕੇ ਜੋ ਡਰੱਗ ਟ੍ਰੇਡ 'ਚ ਫਸਦਾ। ਕਿੰਨੇ ਪੰਜਾਬੀ ਬੱਚੇ ਕੈਨੇਡਾ 'ਚ ਵੀ ਡਰੱਗ ਟ੍ਰੇਡ 'ਚ ਫਸੇ ਹੋਏ ਨੇ। ਇਹ ਗਲੋਬਲ ਹੈ ਤਾਂ UNO ਦੇ ਲੈਵਲ 'ਤੇ ਬੜੀ ਦੇਰ ਦਾ ਇਹ ਨੈਕਸਸ ਤੋੜਨ ਦੇ ਲਈ ਦਿਨ ਵੀ ਮਨਾਇਆ ਜਾਂਦਾ, ਇੰਟਰਨੈਸ਼ਨਲ ਬਾਕੀ ਵੀ ਹੈ। ਪਰ ਇਹ ਡਰੱਗ ਵਾਲਾ ਹੋਇਆ, ਆਰਮਜ ਦਾ ਹੋਇਆ, ਇਹ ਰੈਕਟ ਨੇ ਜਿਹੜੇ ਵੱਡੇ ਪੱਧਰ 'ਤੇ ਗਲੋਬਲ ਰੈਕਟ ਨੇ। ਇਹਦੇ ਪਿੱਛੇ ਪ੍ਰੋਫਿਟ ਮੇਕਿੰਗ ਬਹੁਤ ਹੈ, ਇਲੀਗਲ ਪ੍ਰੋਫਿਟ ਹੈ, ਉਹਦੇ ਨਾਲ ਟੱਕਰ ਲੈਣ ਲਈ ਤਾਂ ਗਲੋਬਲ ਲੈਵਲ 'ਤੇ ਵੀ ਸੋਚਣਾ ਪਏਗਾ, ਦੇਸ਼ 'ਤੇ ਵੀ ਸੋਚਣਾ ਪਏਗਾ, ਲੋਕਲ ਵੀ ਸੋਚਣਾ ਪਏਗਾ।